ਸੀਗਾ ਹਜੇ ਤੱਕ ਅਸੀਂ ਕੰਪਿਊਟਰ ਕੰਪਲੇਂਟ ਕੀਤੀ ਅਸੀਂ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਤਾਂ 13 ਸਾਲਾਂ ਬਾਅਦ ਘਰੇ ਇੱਕ ਬੱਚੀ ਨੇ ਜਨਮ ਲਿਆ, ਹੱਸੀ ਖੁਸ਼ੀ ਖੇਡ ਰਹੀ ਸੀ। ਬਾਹਰੋਂ ਡਾਕਟਰ ਦੇ ਵੱਲੋਂ ਟੀਕਾ ਲਗਵਾਇਆ ਗਿਆ ਅਤੇ ਹਸਪਤਾਲ ਪਹੁੰਚ ਕੇ ਉਸ ਨੂੰ ਦੌਰੇ ਪੈਣ ਲੱਗੇ ਤੇ ਉਸ ਦੀ ਮੌਤ ਹੋ ਗਈ। ਤਾਂ ਡਾਕਟਰ ਦੀ ਲਾਪਰਵਾਹੀ ਕਰਕੇ ਰੱਬ ਨੂੰ ਪਿਆਰੀ ਹੋ ਗਈ ਹੈ ਇੱਕ ਨੰਨੀ ਬੱਚੀ। ਪਟਿਆਲਾ ਸ਼ਹਿਰ ਤੋਂ ਇੱਕ ਪ੍ਰਾਈਵੇਟ ਹਸਪਤਾਲ 'ਤੇ ਆਰੋਪ ਲੱਗ ਰਹੇ ਨੇ ਜਿੱਥੇ 1.5 ਸਾਲਾਂ ਮਾਸੂਮ ਬੱਚੀ ਦੀ ਮੌਤ ਹੋਈ ਹੈ। ਦਰਅਸਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ 'ਤੇ ਇਹ ਆਰੋਪ ਲਗਾਏ ਜਾ ਰਹੇ ਨੇ ਕਿ ਡਾਕਟਰਾਂ ਦੇ ਵੱਲੋਂ ਲਾਪਰਵਾਹੀ ਵਰਤੀ ਗਈ, ਸਮੇਂ ਸਿਰ ਇਲਾਜ ਨਹੀਂ ਦਿੱਤਾ, ਜਿਸ ਕਰਕੇ ਕੁੜੀ ਦੀ ਬੱਚੀ ਦੀ ਮੌਤ ਹੋ ਗਈ। ਪਰ ਜੇ ਤੁਹਾਨੂੰ ਗੱਲ ਕਰੀਏ ਡਾਕਟਰਾਂ ਦੀ, ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਪਰਿਵਾਰ ਵੱਲੋਂ ਪਹਿਲਾਂ ਬਾਹਰੋਂ ਟੀਕਾ ਲਗਵਾਇਆ ਗਿਆ, ਜਿਸ ਕਰਕੇ ਬੱਚੀ ਦੀ ਹਾਲਤ ਵਿਗੜੀ, ਉਸਨੂੰ ਦੌਰੇ ਪੈਣ ਲੱਗੇ ਅਤੇ ਉਸ ਤੋਂ ਬਾਅਦ ਉਸਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਆਓ ਦੋਹਾਂ ਧਿਰਾਂ ਦਾ ਸੁਣਦੇ ਹਾਂ ਕਿ ਕੀ ਕਹਿਣਾ ਹੈ, ਕਿਹੜੇ ਇਲਜ਼ਾਮ ਡਾਕਟਰ 'ਤੇ ਲੱਗ ਰਹੇ ਨੇ ਅਤੇ ਡਾਕਟਰ ਆਪਣੇ 'ਤੇ ਲੱਗੇ ਇਲਜ਼ਾਮਾਂ ਬਾਰੇ ਕੀ ਕਹਿ ਰਹੇ ਨੇ, ਆਓ ਸੁਣਦੇ ਹਾਂ। ਮਸਲਾ, ਰਾਤੀ ਕੁੜੀ ਬਿਮਾਰ ਹੋਈ ਹੈ ਜੀ, ਇਹਨੂੰ ਲੈ ਕੇ ਆਇਆ ਜੀ ਅਸੀਂ ਇੱਥੇ, ਇੱਥੇ ਬੁਖਾਰ ਚੜਿਆ ਪਿਆ ਕੁੜੀ ਨੂੰ, ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ, ਕੋਈ ਡਾਕਟਰ ਡੁਕਟਰ ਨਹੀਂ ਆਇਆ ਇੱਥੇ। ਕਿੰਨੇ ਸਾਲ ਦਾ ਬੱਚਾ? 1.5 ਸਾਲ ਦਾ ਜੀ। ਯਾਰ 11 ਸਾਲ ਬਾਅਦ, 13 ਸਾਲ ਬਾਅਦ ਮੇਰੀ ਪੋਤੀ ਮੈਨੂੰ ਮਿਲੀ ਹੈ, ਮੈਂ ਚੋਲੀ ਅੱਡ ਕੇ ਪੋਤੀ ਮੰਗੀ ਹੈ ਜੀ ਮਹਾਰਾਜ ਤੋਂ। ਇਹ ਬੱਚੇ ਨੂੰ ਮਾਰਤਾ ਜੀ ਇਹਨਾਂ ਨੇ, ਇਹਨਾਂ ਨੇ ਬੱਚੇ ਨੂੰ ਮਾਰਤਾ ਜੀ। ਕਾਰਨ ਦੱਸ ਹੀ ਨਹੀਂ ਰਹੇ ਜੀ। ਕਾਰਨ ਇਹ ਹੋਇਆ ਜੀ, ਕਾਰਨ ਸਰ ਇਹ ਹੋਇਆ, ਮੈਂ ਦੱਸਾਂ ਜੀ ਕਾਰਨ ਹੋਇਆ। ਅੱਜ ਸਾਨੂੰ ਇਤਲਾਹ ਮਿਲੀ ਹੈ ਵੀ ਇੱਥੇ ਬਰਦਵਾਨ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਮੁਨਸ਼ੀ ਦਾ ਮੈਨੂੰ ਫੋਨ ਆਇਆ ਤੇ ਮੈਂ ਇੱਥੇ ਤੁਰੰਤ ਆਇਆ ਤਾਂ ਇੱਥੇ ਲੋਕਾਂ ਦਾ ਬਹੁਤ ਇਕੱਠ ਸੀ, ਜਿਹਨਾਂ ਦਾ ਬੱਚਾ ਮਰਿਆ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਸੀ। ਮੈਂ ਉਹਨਾਂ ਨੂੰ ਦੱਸਿਆ ਵੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਕਾਰਵਾਈ ਕਰ ਦਿੰਦੇ ਹਾਂ, ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ, ਉਹਦੇ ਲਈ ਸਾਨੂੰ ਬੋਡੀ ਨੂੰ ਰਜਿੰਦਰਾ ਲੈ ਕੇ ਜਾਣਾ ਪੈਣਾ ਜਿੱਥੇ ਪੋਸਟਮਾਰਟਮ ਹੋ ਸਕੇ। ਪਰ ਇਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਬੱਚੇ ਦਾ, ਪਹਿਲਾਂ ਅਸੀਂ ਡਾਕਟਰ ਨਾਲ ਗੱਲਬਾਤ ਕਰਨੀ ਹੈ ਤੇ ਸਾਨੂੰ ਮਤਲਬ ਬੱਚਾ ਮਰਿਆ, ਸਾਨੂੰ ਦੁੱਖ ਸਾਨੂੰ ਵੀ ਹੈ ਬੱਚੇ ਦਾ ਮਰਨ ਦਾ। ਤੇ ਇਹ ਕਹਿੰਦੇ ਵੀ ਨਹੀਂ, ਅਸੀਂ ਤੁਹਾਨੂੰ ਬੁਲਾਇਆ ਹੀ ਨਹੀਂ ਹੈ, ਤੁਸੀਂ ਆਪਣੇ ਆਪ ਕਿਵੇਂ ਆ ਗਏ ਉਰੇ, ਤੁਸੀਂ ਕਿਵੇਂ ਆਏ ਹੋ ਉਰੇ। ਜਦੋਂ ਹੁਣ ਸ਼ਹਿਰ 'ਚ ਕਿਤੇ ਵੀ ਕੋਈ ਰੌਲਾ ਪੈ ਜਾਂਦਾ, ਕਿਤੇ ਇਕੱਠ ਹੋ ਗਿਆ ਤਾਂ ਸਾਨੂੰ ਤਾਂ ਇਤਲਾਹ ਮਿਲੇ ਜਾਂਦੀ ਹੈ, ਕੋਈ ਨਾ ਕੋਈ ਫੋਨ ਕਰ ਦਿੰਦਾ ਕੰਟਰੋਲ ਰੂਮ ਤੇ, ਸਾਨੂੰ ਆਉਣਾ ਪੈਂਦਾ। ਦੇਖੋ ਅਸੀਂ ਕੋਈ ਸਮਝੌਤਾ ਕਰਾਉਣ ਨਹੀਂ ਆਏ, ਅਸੀਂ ਤਾਂ ਮੈਂ ਇਹਨਾਂ ਨੂੰ ਕਿਹਾ ਜਿਵੇਂ ਤੁਸੀਂ ਸਾਨੂੰ ਬਿਆਨ ਲਿਖਾਓਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਦਿੰਦੇ ਹਾਂ। ਡਾਕਟਰ ਦੇ ਖਿਲਾਫ਼ ਲਿਖਾਓਗੇ ਅਸੀਂ ਡਾਕਟਰ ਦੇ ਖਿਲਾਫ਼ ਬਿਆਨ ਲਿਖਾਂਗੇ ਤੁਹਾਡਾ। ਪਰ ਇਹ ਸਾਨੂੰ ਮੁਨਸ਼ੀ ਦਾ ਫੋਨ ਆਇਆ ਮੈਨੂੰ ਵੀ ਉੱਥੇ ਬਰਦਮਾਨ ਹਸਪਤਾਲ 'ਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਵੀ ਉੱਥੇ ਪਹੁੰਚੋ। ਮੈਂ ਆ ਗਿਆ, ਮੈਂ ਆ ਕੇ ਇਹਨਾਂ ਨੂੰ ਕਿਹਾ ਮਹਾਂ ਜੋ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਹੋ ਦੱਸੋ, ਉਹਦੇ ਲਈ ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ। ਉਹ ਡਾਕਟਰ ਸਾਹਿਬ ਹਾਲੇ ਮੈਨੂੰ ਮਿਲੇ ਨਹੀਂ ਜਿਨ੍ਹਾਂ ਨੇ ਟ੍ਰੀਟਮੈਂਟ ਕੀਤਾ ਸੀ, ਉਹ ਉੱਪਰ ਕਹਿੰਦੇ ਕੋਈ ਬੱਚੇ ਬਿਮਾਰ ਆ ਉਹਦੇ 'ਚ ਬਿਜ਼ੀ ਆ ਥੋੜ੍ਹਾ ਜਿਹਾ, ਉਹ ਆਉਂਦੇ ਆ ਉਹਨਾਂ ਤੋਂ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾ ਦਿੰਦੇ ਹਾਂ। ਗਲਤ ਟ੍ਰੀਟਮੈਂਟ ਕੁਛ ਨਹੀਂ ਹੋਇਆ, ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਦੌਰੇ ਪਏ,
ਅਸੀਂ ਦੌਰਿਆਂ ਦੇ ਵਿੱਚ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਅਸੀਂ ਉਹਨੂੰ ਦੌਰੇ ਦੇ ਰੋਕਣ ਦੀ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ। ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਉਹਦਾ ਟ੍ਰੀਟਮੈਂਟ ਬਣਦਾ ਸੀ ਉਹ ਉਹਨੂੰ ਦਿੱਤਾ ਗਿਆ। ਇੱਕ ਵਾਰੀ ਉਹਦੇ ਦੌਰੇ ਕੰਟਰੋਲ 'ਚ ਹੋਏ ਲੇਕਿਨ ਉਹ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਇੰਨੇ ਜ਼ਿਆਦਾ ਕੰਟਰੋਲ ਹੋਏ ਕਿ ਉਹਨੂੰ ਸਾਨੂੰ ਵੈਂਟੀਲੇਟਰ 'ਤੇ ਪਾਉਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਾਲੇ ਵੀ ਨਹੀਂ ਸੀ ਕੰਟਰੋਲ ਜਿਹਦੇ ਕਾਰਨ ਇਹ ਸਟੇਟਸ ਐਪੀਲੈਪਟਿਕਸ ਜਿਹੜੀ ਅਸੀਂ ਕਹਿੰਦੇ ਹਾਂ ਜਿਹਦੇ 'ਚ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸਦੇ ਦੌਰਾਨ ਇਹਦਾ ਇਹ ਬੱਚੇ ਦੀ ਬੱਚੇ ਨੂੰ ਜੋ ਟ੍ਰੀਟਮੈਂਟ ਹੈਗਾ ਉਹਦੇ ਤਾਂ ਆਪਾਂ ਦੇਣਾ ਹੀ ਹੈ। ਨਹੀਂ ਦੇਖੋ ਹੁਣ ਜਦੋਂ ਬੱਚਾ ਆਇਆ ਦੌਰੇ ਤੇ ਦਵਾਈ ਦਿੱਤੀ ਹੈਗੀ ਹੈ ਠੀਕ ਹੈ ਹੁਣ ਜਿਹੜੀ ਦਿਮਾਗ ਦੇ ਵਿੱਚ ਸਵੈਲਿੰਗ ਹੋ ਗਈ ਜਾਂ ਦਿਮਾਗ ਦੇ ਵਿੱਚ ਜਿਹੜੇ ਦੌਰੇ ਸ਼ੁਰੂ ਹੋ ਗਏ ਉਹ ਹੁਣ ਆਪਾਂ ਉਹਦਾ ਟ੍ਰੀਟਮੈਂਟ ਦੇਵਾਂਗੇ। ਹੁਣ ਉਹ ਜੋ ਟ੍ਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਹਾਂਗੇ ਕਿ ਉਹਦੇ ਕਰਕੇ ਦੌਰੇ ਚੱਲੀ ਜਾਂਦੇ ਉਹ ਤਾਂ ਜੋ ਵੀ ਕੁਛ ਕਹਿ ਸਕਦੇ ਹਾਂ ਆਪਾਂ ਪਰ ਜੋ ਤਾਂ ਬੰਦ ਹੈ ਬੱਚਾ ਵੈਂਟੀਲੇਟਰ ਤੇ ਸਿੱਕ ਹੋ ਗਿਆ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਰਿਟਨ ਕੰਸੈਂਟ ਆਪਾਂ ਨੂੰ ਦਿੱਤਾ ਹੈਗਾ ਜਦੋਂ ਆਪਾਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਕੇ ਹੈਗਾ। ਹਾਂਜੀ ਐਮਓ ਨੇ ਡਾਕਟਰ ਉਹੀ ਕਹਿੰਦੇ ਆ ਨਾ ਕਿ ਉਹ ਕੰਪਾਊਂਡਰ ਆ ਸ਼ਾਇਦ ਉਹਨਾਂ ਨੇ ਦਵਾਈ ਗਲਤ ਦਿੱਤੀ ਹੈ ਸਰ। ਜੇਕਰ ਡੈਥ ਹੋ ਗਈ ਸੀ ਫਿਰ ਜਿਹੜੇ ਪੇਰੈਂਟਸ ਆ ਉਹਨਾਂ ਦਾ ਸੈਟਲਮੈਂਟ ਕਿਉਂ ਕਰਨੀ ਪਈ ਜੀ? ਸਮਝੌਤੇ ਦੀ ਗੱਲ ਕਿਉਂ ਕਰਨੀ ਪਈ ਕਿ ਤੁਸੀਂ ਸੈਟਲ ਕਰ ਲਓ ਬੈਠ ਕੇ? ਉਹ ਤੁਹਾਡੀ ਵੀਡੀਓ ਹੈ ਖੁਦ ਹੀ ਬੋਲਦੇ ਹੋਏ ਕਿ ਸੈਟਲਮੈਂਟ ਕਰ ਲਓ ਬੈਠ ਕੇ। ਸੈਟਲਮੈਂਟ ਦਾ ਮਤਲਬ ਬਹੁਤ ਹੁੰਦੇ ਨੇ ਬੈਠੋ ਅਸੀਂ ਉਹਨੂੰ ਸਮਝਾਉਂਦੇ ਹਾਂ ਗੱਲ ਹੋਈ ਕੀ ਹੈਗੀ ਤੁਹਾਡੀ ਲੈਂਗੁਏਜ ਅਸੀਂ ਵੀ ਉਸਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ। ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਗੁੱਸਾ ਰੋਸ਼ ਪੈਦਾ ਹੁੰਦਾ ਹੈਗਾ ਤਾਂ ਉਸਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਉਹਨਾਂ ਦਾ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀਆਂ ਕੀ ਹੋਰ ਟ੍ਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਹਦੇ ਪਾਪਾ ਦੇ ਉਹਨਾਂ ਤੋਂ ਰਿਟਨ ਕੰਸੈਂਟ ਲਿੱਤਾ ਹੋਇਆ ਸੀ ਰਿਟਨ ਕੰਸੈਂਟ ਜੇ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜੀ ਉਹਨਾਂ ਨੂੰ ਆਪਾਂ ਨੇ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ? ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਅਸੀਂ ਤਾਂ ਆਪ ਕਹਿ ਰਹੇ ਹਾਂ ਕਿ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਐਕਚੁਅਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਕਦੋਂ ਹੋਈ ਬੱਚੇ ਦੀ ਮੌਤ ਹੋਣੀ? ਉਹ ਤਾਂ ਜਿਵੇਂ ਚੱਲਦਾ ਜਾ ਰਿਹਾ ਸਾਰਾ ਕੁਝ ਟਾਈਮਿੰਗ ਤਾਂ ਕੁਝ ਹੋਈ ਸਰ ਬੱਚੇ ਦੀ ਮੌਤ ਕਿੰਨੇ ਵਜੇ ਹੋਈ ਹੈ? ਅਰਾਊਂਡ 10:15 ਵਜੇ ਐਗਜ਼ੈਕਟ ਟਾਈਮ ਹੈ ਟਾਈਮਿੰਗ ਤੇ ਬੰਦੋ ਦੀ ਲੋਕ ਤੁਹਾਡਾ ਕਹਿੰਦਾ ਪਾਵਾ ਵੀ ਇਲਾਜ ਠੀਕ ਹੋਇਆ ਸੀਗਾ ਬੱਚੇ ਦੀ ਮੌਤ ਜਿਹੜੀ ਹੈ ਉਹ ਨੈਚੁਰਲ ਡੈਥ ਬਿਮਾਰ ਹੋਣ ਕਰਕੇ। ਹਾਂਜੀ ਜਿਹੜੇ ਘਰ ਤੋਂ ਪਹਿਲੇ ਦੌਰੇ ਚੱਲਦੇ ਆ ਜਦੋਂ ਬੱਚੇ ਨੂੰ ਫਿੱਟ ਪੈ ਰਹੇ ਸੀ ਜਾਂ ਤੁਸੀਂ ਕਹਿ ਰਹੇ ਸੀ ਕਿ ਮੈਡੀਸਿਨ ਦੇ ਰਹੇ ਸੀ ਉਹਨੂੰ ਟ੍ਰੀਟਮੈਂਟ ਦੇ ਦੌਰਾਨ ਲੱਗਿਆ ਕਿ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ ਦੌਰੇ ਉਹਦੇ ਲਗਾਤਾਰ ਚੱਲਦੇ ਆ ਆਪਾਂ ਨੇ ਉਸ ਤੋਂ ਬਾਅਦ ਬੱਚੇ ਨੂੰ ਜੋ ਟ੍ਰੀਟਮੈਂਟ ਦਿੰਦਾ ਹੈ ਵੈਂਟੀਲੇਟਰ ਤੇ ਪਾ ਦਿਓ ਅਗਲੀ ਚੀਜ਼ ਹੁੰਦੀ ਹੈ ਉਹ ਅਸੀਂ ਸਾਰਾ ਕੁਝ ਕੀਤਾ ਹੈਗਾ ਬਟ ਉਸ ਤੋਂ ਬਾਅਦ ਵੀ ਜੋ ਇਹ ਪਾਣਾ ਹੋਇਆ ਨਹੀਂ ਉਹਨੂੰ ਦਵਾਈ ਆਪਾਂ ਨੇ ਚੱਲੀ ਤਾਂ ਉਹ ਤਾਂ ਆਪਾਂ ਕੀ ਕਰ ਸਕਦੇ ਆਪਾਂ ਆਪਣੇ ਵੱਲੋਂ ਤਾਂ ਜਿਹੜੀ ਉਹਦੀ ਬੱਚੇ ਦੀ ਮਾਂ ਸੀ ਉਸ ਨਾਲ ਡਾਕਟਰ ਨੇ ਮਿਸਬੀਹੇਵ ਕੀਤਾ ਦੇਖੋ ਮਿਸਬੀਹੇਵ ਉਹਦੇ ਹਸਬੰਡ ਨਾਲ ਵੀ ਗਲਤੀ ਸੀ ਇਹਨਾਂ ਨੂੰ ਬਾਰ-ਬਾਰ ਦੇਖੋ ਬਾਰ-ਬਾਰ ਨਹੀਂ ਦੇਖੋ ਆਈਸੀਯੂ ਚ ਜਦੋਂ ਬੱਚਾ ਹੁੰਦਾ ਆਪਾਂ ਆਈਸੀਯੂ ਦੇ ਵਿੱਚ ਜਿਹੜੀ ਐਂਟਰੀ ਔਰ ਰਿਸਟ੍ਰਿਕਟਡ ਰੱਖੀ ਜਾਂਦੀ ਠੀਕ ਹੈ ਨਾ ਜੀ ਤਾਂ ਆਪਾਂ ਉੱਥੇ ਕਹਾਂਗੇ ਵੀ ਤੁਸੀਂ ਬਾਹਰ ਬੈਠੋ ਜੀ ਇਹਦੇ ਸਾਰੇ ਹਸਪੀਟਲ ਦਾ ਇੱਕ ਪ੍ਰੋਟੋਕੋਲ ਹੈ ਜੀ ਉਹ ਕੰਮ ਜਦੋਂ ਬੱਚਾ ਇਸ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਤੇ ਕਿਸੇ ਨੇ ਕੁਝ ਕਿਹਾ ਹੈ ਜਾਂ ਕੁਝ ਮੈਂ ਫੈਬਰੀ ਕੀ ਦੀ ਬਣਦੀ ਹੈ ਉਹ ਮੈਨੂੰ ਪਤਾ ਹੀ ਨਹੀਂ ਇਹ ਪਤਾ ਹੀ ਨਹੀਂ ਮੈਨੂੰ ਵੀ ਇਹ ਗੱਲ ਹੋਈ ਵੀ ਹੈ ਜਾਂ ਨਹੀਂ ਹੋਈ ਦੇਖੋ ਵੀ ਇਹ ਇੱਕ ਇਲਜ਼ਾਮ ਰੋਲ ਰੂਪ ਹੈ ਇਹ ਸੱਚੀ ਹੋਈ ਹੈ ਗੱਲ ਤਾਂ ਮੈਨੂੰ ਪਤਾ ਹੀ ਨਹੀਂ।
ਦਵਾਈਆਂ ਰੁਕ ਰਹੇ ਤਾਂ ਆਪਾਂ ਦਵਾਈਆਂ ਵਧਾਈ ਜਾ ਰਹੇ ਕਾਰਨ ਕੀ ਹੋਏ ਡੈਥ ਦੇਖੋ ਜੋ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੈਫਲਾਈਟਿਸ ਕਰ ਸਕਦੀ ਹੈਗੀ ਹੈ ਤੇ ਉਹਦੇ ਕਰਕੇ ਤੇ ਅਸੀਂ ਉਹਨਾਂ ਤੋਂ ਪੁੱਛਿਆ ਸੀ ਬਟ ਅਸੀਂ ਉਮੀਦ ਕਰ ਰਹੇ ਹਾਂ 1.5 ਸਾਲ ਤੇ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਹਾਂ ਰੈਗੂਲਰ ਸਰਕਾਰੀ ਵੈਕਸੀਨ ਲੱਗਦੀ ਹੈ ਉਸ ਤੋਂ ਇਹਨਾਂ ਨੇ ਕੱਲ੍ਹ ਵੈਕਸੀਨ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲੀਕੇਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈ ਕਿੰਨੇ ਪਰਸੈਂਟ ਚਾਂਸ ਵੀ ਉਹਨੂੰ ਕੰਪਲੀਕੇਸ਼ਨ ਆਵੇ ਜਾਂ ਟ੍ਰੀਟਮੈਂਟ ਠੀਕ ਹੋਣ ਦੇ ਪੁੱਛਣਾ ਠੀਕ ਤਾਂ ਦੇਖੋ ਆਮ ਤਾਂ ਆਪਣੇ ਸਾਰੇ ਇੰਡੀਆ 'ਚ ਲੱਗਦੀ ਹੈ ਕਿ ਸਾਰੇ ਠੀਕ ਹੀ ਰਹਿੰਦੇ ਨੇਗੇ ਜਦੋਂ ਕੰਪਲੀਕੇਸ਼ਨ ਆ ਜਾਂਦੀ ਹੈਗੀ ਉਹ ਕੰਪਲੀਕੇਸ਼ਨ ਕਿਸ ਲੈਵਲ ਤੇ ਹੁੰਦੀ ਹੈ ਉਸ ਤੇ ਹੈ ਕਈ ਵਾਰ ਸਿੰਪਲ ਇੱਕ ਸੀਜ਼ਰ ਆ ਕੇ ਰੁਕ ਜਾਂਦਾ ਹੈਗਾ ਕਈਆਂ ਦੀ ਐਂਡ ਤੱਕ ਇਹ ਕੰਪਲੀਕੇਸ਼ਨ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਇਸ ਕੇਸ 'ਚ ਵੈਕਸੀਨ ਦੇ ਵਿੱਚ ਜਿਹੜੀ ਇਹ ਕੰਪਲੀਕੇਸ਼ਨ ਹੈ ਉਹਦੇ ਕਰਕੇ ਵੀ ਹੋ ਸਕਦਾ ਹੈਗਾ ਬਾਕੀ ਹੋ ਸਕਦਾ ਕੋਈ ਬੱਚੇ ਨੂੰ ਕੋਈ ਬੁਖਾਰ ਜਾਂ ਕੋਈ ਹੋਰ ਚੀਜ਼